ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਜੀ। ਭਿੰਡਰ ਡੇਅਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਪਿੰਡ ਸੁਧਾਰ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਜੀ। ਇਸ ਘਰ 'ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ, ਅੱਜ ਫਿਰ ਪਹੁੰਚੇ ਆ ਜੀ। ਵੀਰ ਨੇ ਦੋ ਵੈੜਾਂ ਸੇਲ ਕਰਨੀਆਂ, ਚੰਗੇ ਰਿਕਾਰਡ ਵਾਲੀਆਂ, ਦੋਵੇਂ ਚੰਗੀਆਂ ਸੋਹਣੀਆਂ ਸੁਨੱਖੀਆਂ ਵੈੜਾਂ, ਅਤੇ ਇਹਨਾਂ ਦੀ ਡਿਟੇਲ ਲਵਾਂਗੇ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸੋਏ ਪਸ਼ੂ ਨੂੰ ਦੋ ਟਾਈਮ ਚੋ ਕੇ ਅਤੇ ਗੱਭਣ ਪਸ਼ੂ ਨੂੰ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਕਿਸਮ ਦਾ ਲਾਂਭਾ ਨਾ ਰਹਿ ਸਕੇ। ਆਪਣਾ ਕੰਮ ਵੀਡੀਓ ਬਣਾਉਣ ਦਾ ਜੀ, ਆਪਾਂ ਵੀਡੀਓ ਬਣਾਈ ਦੀ ਆ, ਘੜੀ ਦੀ ਘੜੀ ਆਈ ਦਾ ਵੀਡੀਓ ਬਣਾ ਕੇ ਚੱਲ ਜਾਈਦਾ ਜੀ। ਵੀਡੀਓ ਨੂੰ ਸ਼ੇਅਰ ਕਰ ਦਿਓ, ਗੱਲਬਾਤ ਕਰਾਉਂਦੇ ਹਾਂ ਵੀਰ ਨਾਲ ਅਤੇ ਇਹਨਾਂ ਦੋਵਾਂ ਦੀ ਡਿਟੇਲ ਲਵਾਂਗੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਚੜ੍ਹਦੀ ਕਲਾ ਭਾਜੀ। ਤੇ ਅੱਜ ਫਿਰ ਕਿੰਨੀਆਂ ਸੇਲ ਕਰਨੀਆਂ? ਦੋ ਹੀ ਵੀਰੇ? ਦੋ ਆ, ਦੋ ਵੇਗੀਆਂ। ਅੱਛਾ, ਦੋ ਵੇਚਤੀਆਂ, ਠੀਕ ਆ। ਉਹ ਜਿਹੜੀਆਂ ਦੋ ਵੇਚਤੀਆਂ ਵੀਰੇ, ਬਹੁਤੀਆਂ ਬਹੁਤੀਆਂ ਨਾ ਵੀਰ ਨੂੰ ਵਧਾਈਆਂ ਹੋਣ, ਤੇ ਵਧਾਈਆਂ ਵੀਰ ਨੂੰ, ਤੁਸੀਂ ਵੀ ਕਮੈਂਟਾਂ 'ਚ ਦੇ ਦਿਓ। ਵੀਰ ਦੀ ਨਾ ਪਹਿਲੀ ਵੀਡੀਓ ਆ ਵਿਆਹ ਤੋਂ ਬਾਅਦ, ਠੀਕ ਆ, ਤੇ ਨਾਲੇ ਵੀਰ ਨੂੰ ਫੋਨ ਲਾ ਲਿਓ ਤੇ ਨਾਲੇ ਦਿਓ ਵਧਾਈਆਂ, ਠੀਕ ਆ। ਤੇ ਬੂੰਦੀ ਹੋਣੀ ਅਜੇ ਵੀ, ਜਿਹੜਾ ਗਾਹਕ ਆਊਗਾ ਗਾਈ ਲੈਣ ਉਹਨੂੰ ਬੂੰਦੀ, ਠੀਕ ਆ। ਹਿੰਮਤ ਕਰਨੀ ਪੈਣੀ ਆ, ਹਿੰਮਤ ਕਰਨੀ ਪੈਣੀ ਆ, ਠੀਕ ਠੀਕ। ਭਾਵੇਂ ਉਦਾਂ ਹੀ ਨਾਮ ਲੈਣੇ ਹੋ ਤਾਂ ਬੂੰਦੀ ਤੇ ਖਾ ਜਿਓ। ਹਾਂ, ਤੇ ਗਿਆਨ ਵੀਰੇ ਮੋਬਾਈਲ ਨੰਬਰ ਬੋਲ ਇੱਕ ਵਾਰੀ। ਜਿਹੜੀਆਂ ਸੇਲ ਕਰਤੀਆਂ ਉਹ ਸੂਈਆਂ ਤਾਜ਼ੀਆਂ? ਹਾਂ ਵੀਰੇ, ਦੋਵੇਂ, ਇੱਕ ਤੋਕੜ ਇੱਕ ਸੱਜਰ। ਅੱਛਾ, ਸੱਜਰ। ਤੇ ਇਹ ਜਿਹੜੀਆਂ ਦੋ ਆ, ਇਹ ਵੀਰੇ ਇੱਕ ਸਾਲ ਦੀਆਂ ਤੋਕੜਾਂ ਹੀ, ਇੱਕ ਸਾਲ ਦੀਆਂ। ਅੱਛਾ, ਆਹ ਬਣੀ ਆ ਗਾੜੀ? ਅੱਛਾ, ਗਿਆਨ ਵੀਰ ਕੋ ਦੋ ਵੈੜਾਂ ਵੱਜੀਆਂ ਇਸ ਟਾਈਮ ਹੁਣ, ਅੱਜ ਦੀ ਉਹ ਛੋਟਾ ਵਾ ਕੱਦ ਵੱਡਾ ਵਾ ਉਹ ਵੀਡੀਓ ਚ ਵਿਖਾ ਦੇਣਾ ਆਪਾਂ, ਬਿਲਕੁਲ ਵੱਡਾ ਵਾ ਜਾਂ ਛੋਟਾ ਵਾ, ਜਿੱਡੀ ਕ ਵੈੜ ਆ ਜੀ। ਹਾਂ, ਗਿਆਨ ਵੀਰ ਨਾ ਤੁਹਾਡੇ ਨਾਲ ਇਹ ਵਿਕ ਜਾਂਦੀਆਂ ਵਾ ਦੋ ਵੈੜਾਂ, ਉਹ ਤੋਂ ਬਾਅਦ ਚ ਮੰਨ ਲਓ ਵੀ ਇਹ ਨੀ ਆ ਵੀ ਗਿਆਨ ਵੀਰ ਕੋ ਹੀ, ਹੋਰ ਕਿਸੇ ਕੋ, ਵਪਾਰੀ ਕੋ ਆ, ਡੰਗਰ ਛੋਟੇ ਵੱਡੇ ਦੀ ਹੋਣ ਇਸ ਟਾਈਮ ਆਪਣਾ, ਮੰਨ ਲਓ ਵੀ ਆਪਣੇ ਚੈਨਲ ਤੇ ਚੜ੍ਹਦੀ ਆ, ਬਾਕੀ ਚਵਾਈ ਜੋ ਵੀ ਥਣ ਥੁਣ ਚੈੱਕ ਕਰਨੇ ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਦੀ ਜ਼ਿੰਮੇਵਾਰੀ ਆ। ਉਹ ਤੋਂ ਬਾਅਦ ਚ ਜੇ ਗਿਆਨ ਵੀਰ ਕੋ ਡੰਗਰ ਹੋਰ ਆ ਜਾਂਦਾ ਵਾ, ਕੋਈ ਵੀਰ ਦੋ ਦਿਨਾਂ ਨੂੰ ਫੋਨ ਲਾ ਲੈਂਦਾ, ਕਈ ਵਾਰ ਵੀਡੀਓ ਵੇਖ ਕੇ ਵੀਰ ਫੋਨ ਕਰ ਲੈਂਦੇ ਆ, ਬਾਅਦ ਵੀ 4-5 ਦਿਨ ਫੋਨ ਲਾਉਂਦੇ ਰਹਿੰਦੇ ਆ ਵੀਰ, ਉਹ ਤੁਹਾਡੀ ਖੁਦ ਹੀ ਆਪਦੀ ਜ਼ਿੰਮੇਵਾਰੀ ਹੋਊਗੀ। ਕਈ ਵੀਰ ਨਾ ਬਾਅਦ ਚ ਲਾਂਭਾ ਦੇ ਦਿੰਦੇ ਆ ਵੀ ਅਸੀਂ ਫਲਾਣੇ ਵਪਾਰੀ ਕੋ ਮੰਨ ਲਓ ਡੰਗਰ ਲਿਆਂਦਾ ਸੀ, ਉਹ ਵੀਡੀਓ ਤੇ ਨਾ ਸਿੱਧੀ ਘੱਲੀ ਹੁੰਦੀ ਵਪਾਰੀ ਕੋ, ਵਪਾਰੀ ਨੇ ਮੰਨ ਲਓ ਘਰ ਵਾਲੇ ਨੇ ਵੀਡੀਓ ਮੰਗਾਈ ਹੁੰਦੀ ਆ, ਫਿਲਟਰ ਲਾ ਕੇ ਜਾਂ ਜ਼ੂਮ ਕਰਕੇ ਵੀਡੀਓ ਗਾਈ ਵੱਡੀ ਵਿਖਾ ਕੇ ਘੱਲ ਦਿੰਦੇ ਆ, ਤੇ ਫੇਰ ਉਹ ਚੀਕਾਂ ਮਾਰਦੇ ਆ, ਇਹ ਚੀਜ਼ ਦਾ ਸਾਨੂੰ ਲਾਂਭਾ ਦਿੰਦੇ ਬਾਅਦ ਕਿ ਵੀਡੀਓ ਵੇਖ ਕੇ ਪਸ਼ੂ ਖਰੀਦਦੇ ਆ, ਜੇ ਦਵਾਂਗੇ ਤੇ ਮੰਨ ਲਓ ਇਸ ਚੀਜ਼ ਦਾ ਪੁੱਛੋ ਵੀ ਗਾਈ ਵੱਡੀ ਵਿਖਾਈ ਆ ਜਾਂ ਕੁਝ ਵੀ ਆ, ਇਹਦਾ ਜ਼ਿੰਮੇਵਾਰ ਸਮਝਦੇ ਆ। ਜਿਹੜਾ ਗਿਆਨ ਵੀਰ ਉਦਾਂ ਗਾਈ ਘੱਲਦੇ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ, ਬਿਲਕੁਲ ਬਿਲਕੁਲ, ਕਿਉਂਕਿ ਉਹ ਤੁਹਾਡਾ ਖੁਦ ਆਪਸ ਵਿੱਚ ਦਾ ਸੌਦਾ ਹੋਇਆ ਹੁੰਦਾ ਵਾ। ਹਾਂਜੀ, ਬੇਨਤੀ ਕਰਨੀ, ਠੀਕ ਆ। ਆਹ ਸ਼ੁਰੂਆਤ ਕਰਦੇ ਜੀ, ਵੈੜ ਚੈੱਕ ਕਰ ਲਓ, ਵੈੜ ਆਪਾਂ ਗਾਂ ਹੀ ਕਹਿ ਸਕਦੇ ਵੀਰ ਜੀ, ਸੂਆ ਕਿਨਵਾ ਹੋਊ ਇਹਦਾ? ਸੂਆ ਵੀਰੇ ਤੀਜਾ, ਤੀਜਾ ਪੱਕਾ ਤੀਜਾ ਜਿਹੜਾ, ਠੀਕ ਆ। ਫੇਰ ਤੇ ਵੈੜ ਕਹੀਏ ਇਹਨੂੰ ਕਿ ਗਾਂ ਕਹੀਏ? ਕਮੈਂਟ ਕਰਦੇ ਨੇ ਵੀਰਾਂ ਨੇ ਵੀ ਗਾਂ ਹੀ ਤੁਸੀਂ ਵੈੜ ਕਹੀ ਜਾਂਦੇ, ਵੈੜ ਪਾ ਲਈ ਆ, ਠੀਕ ਆ। ਖਾਣ ਚੈੱਕ ਕਰੋ ਜੀ, ਇਹਦਾ ਬਹੁਤ ਸੋਹਣਾ ਲੱਗਾ, ਮੋਟਾ ਮੋਟਾ ਥਣ ਲੱਗਾ ਜੀ। ਤੇ ਆਰਡਰ ਚੈੱਕ ਕਰ ਲਓ, ਕਿੰਨਾ ਚਿਰ ਹੋ ਗਿਆ ਵੀਰ ਜੀ ਇਹਨੂੰ ਸੂਈ ਨੂੰ? ਪਤਾ ਕੁਝ ਠੰਡੀ ਆ ਪਹਾੜਾ ਪਾ ਕੇ
ਥਣ ਬੜਾ ਸੋਹਣਾ ਲੱਗਾ 13 ਲੀਟਰ ਦੁੱਧ ਤਿਆਰ ਆ ਵੀਰ ਤੋਰ ਦੇ ਥੋੜੀ ਲੰਮੀ ਆਹ ਵੇਖੋ ਕੱਦ ਕਾਰਡ ਵੀ ਚੈੱਕ ਕਰ ਲੋ ਕੱਦ ਵੀ ਸੋਹਣਾ ਵਾ ਇਹਦਾ ਤੇ ਬਾਕੀ ਇਹਨਾਂ ਵਹਿਣਾ ਦੀ ਫੈਂਡ ਵੀ ਚੰਗੀ ਆਉਂਦੀ ਆ ਘੁਮਾ ਲਿਆ ਵੀਰ ਥਣ ਬੜਾ ਸੋਹਣਾ ਲੱਗਾ ਜੀ ਇਹਨੂੰ ਚੰਗੀ ਸੋਹਣੀ ਆ ਜੀ ਆਹ ਵੇਖੋ ਗਰਮੀ ਗੁਰਮੀ ਦੀ ਕੋਈ ਪਰਵਾਹ ਨਹੀਂ ਇਹਨੂੰ ਆਹ ਥਣ ਚੈੱਕ ਕਰ ਲਓ ਬਹੁਤ ਹੀ ਸੋਹਣਾ ਵਾ ਜੀ ਲੰਮਾ ਲੰਮਾ ਥਣ ਮੱਝਾਂ ਵਰਗਾ ਆਹ ਦੇਖੋ ਤੇ ਬਾਕੀ ਇੱਕ ਰੰਗ ਕਾਲੀ ਆ ਮੱਥੇ ਦੇ ਵਿੱਚ ਤਾਰਾ ਚਿੱਟਾ ਆ ਥੋੜਾ ਜਿਹਾ ਹਾਂਜੀ ਵੀਰ ਜੀ ਰੱਸੀ ਪਾੜਾ ਪਾਉਣਾ ਪੈਂਦਾ ਠੀਕ ਆ ਬਾਕੀ ਜਿੰਨੇ ਵੀ ਖਰੀਦਣੀ ਆ ਕੇ ਚੋਗੇ ਵੇਖੇ ਦੋ ਟਾਈਮ ਚੋਗੇ ਖੜੇ ਹਾਂ ਇਹ ਨਾ ਕਵੇ ਵੀਡੀਓ ਦੇ ਬੋਲਤਾ ਠੰਡੀ ਸੀ ਲਿਆ ਤੇ ਮੁੜ ਕੇ ਆ ਕੇ ਕੋਈ ਆਖੇ ਲੱਦ ਦੇ ਘੱਲ ਦੇ ਆਪਣੀ ਤਸੱਲੀ ਕਰ ਲੇ ਮੁੜ ਕੇ ਫੋਨ ਕਿਉਂ ਕਰਨਾ ਕਿਸੇ ਨੇ ਕਿ ਨਹੀਂ ਠੀਕ ਆ ਤੇ ਦੱਸੋ ਫਿਰ ਪੈਂਤੀ ਨਾ ਕਰ ਹਿਸਾਬ ਨਾ ਰੱਖ ਇਹ ਨਾ ਕਰ ਵੀ ਵਿਆਹ ਹੋ ਗਿਆ ਤੇ ਖਰਚੇ ਵਧਾ ਦੇਣੇ ਆ ਏਦਾਂ ਨਾ ਕਰ ਵੀਰ ਮੇਰਾ ਵਾਧੇ ਹੁੰਦੇ ਪਰ ਇਹ ਆਪਾਂ ਨੂੰ ਆਪਣੇ ਸੱਜਣਾ ਮਿੱਤਰਾਂ ਦੇ ਭਾਰ ਥੋੜਾ ਪਾਉਣਾ ਵਾ 30,000 ਦੀ ਦੇ ਦੇਗਾ 30 ਦੀ ਨੀ ਹਾਂ ਨਾ 25,000 ਦੀ ਉਹ ਚ ਛੋੜ ਕੇ ਨਹੀਂ ਕਰਨੀ ਏਦਾਂ ਕਰ 3 ਡਾ ਦਈਏ ਕਿ 5 ਹੀ ਡਾ ਦਈਏ ਨਹੀਂ 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 ਧੱਕਾ ਕਿੰਨਾ ਫਿਰ ਧੱਕਾ ਹੋਣਾ ਤੇਰਨਾ ਵੀ ਨਾ ਹੋਵੇ ਨਹੀਂ ਧੱਕਾ ਹੋ ਜਾਣਾ ਠੀਕ ਆ ਦੱਸੋ ਫਿਰ ਕਾ ਤੂੰ ਦੱਸ ਦੇ ਕਿੰਨਾ ਡਾਈਏ 2,000 ਡਾ ਦਈਏ 23,000 ਦੀ 13 ਕਿਲੋ ਦੁੱਧ ਵਾਲੀ ਆ ਜੀ ਇਹ ਕੋਈ ਆਣ ਕੇ ਤਸੱਲੀ ਕਰਕੇ ਖੜੇ ਤਸੱਲੀ ਕਰ ਲੈ ਉਦਾਂ ਨਹੀਂ 2,000 ਰੁਪਇਆ ਰੱਖਿਆ ਦਾ ਲੀਟਰ ਦਾ ਤੇ ਉਸ ਹਿਸਾਬ ਨਾਲ 26,000 ਬਣਦਾ ਠੀਕ ਗਿਆਨ ਵੀਰ ਨੇ ਉਹ ਲੈਸ ਹੀ ਕਰਤਾ ਆ ਵੇਖੋ ਜੀ ਜਿਹੜਾ ਮੁੱਲ ਕੀਤਾ ਵੀਰ ਨੇ ਬਿਲਕੁਲ ਜਾਇਜ਼ ਆ ਜੀ 13 ਕਿਲੋ ਦੁੱਧ ਵਾਲੀ ਤੁਹਾਨੂੰ ਮਿਲਣੀ ਆ 23,000 ਦੀ ਤੇ ਫੋਨ ਜ਼ਰੂਰ ਕਰ ਲਿਓ ਦੂਜੇ ਨੰਬਰ ਤੇ ਚੈੱਕ ਕਰ ਲਓ ਤੇ ਬਣੀ ਵੀ ਹੈਗੀ ਜੇ ਉਹਨੂੰ ਡੰਗਰ ਛੋਟੇ ਲੱਗਦੇ ਆ 6 ਫੁੱਟ ਤੋਂ ਉੱਤੇ ਆ ਥਾਣ ਥੂਣ ਇਹਦਾ ਵੀ ਚੰਗਾ ਲੱਗਾ ਵਾ ਵੇਖੋ ਜੀ ਆਹ ਵੇਖੋ ਵੀਰ ਇਹਦਾ ਥਾਣ ਇੱਕ ਉੱਪਰ ਨੂੰ ਕਿਉਂ ਵਾ ਦੁੱਧ ਵੀਰ ਕਿੰਨਾ ਆਊਗਾ 11 ਕਿਲੋ ਪੱਕਾ ਹੈਗਾ ਲੀਟਰ ਵਾਲਾ ਠੀਕ ਆ ਦੁੱਧ ਆਪਾਂ ਦੱਸਣਾ ਕਿਹੜਾ ਹੈਗਾ ਵਾ ਅੱਛਾ ਇਹ ਨੀ ਆਪਾਂ ਇੰਨਾ ਆਖਿਆ ਮੁੜੇ ਘੱਟ ਨਿਕਲੇ ਦੋ ਟਾਈਮ ਤਸੱਲੀ ਕਰੇ ਜੇ ਦੁੱਧ ਘੱਟ ਨਿਕਲਦਾ ਉਹ ਦੱਸਦੇ ਆ ਫਿਰ ਕਈ ਵਾਰੀ ਬੰਦੇ ਹੋਰ ਉਹਨਾਂ ਨੌ ਹੀ ਮਿਥਣਾ ਹੀ ਹੋ ਨਹੀਂ ਨੌ ਨਹੀਂ 13 ਹੋਊਗਾ ਜੇ ਹਾਂ ਘੱਟ ਹੋਏ ਆਉਣ ਜਾਣ ਦਾ ਜਿਹੜਾ ਕਿਰਾਇਆ ਤੇਲ ਲੱਗਦਾ ਉਹ ਮੈਂ ਦਊਗਾ ਠੀਕ ਹਾਂ ਇੰਨਾ ਹੈਗਾ ਤੇ ਸੂਈ ਕਦੋਂ ਦੀ ਆ ਇਹਨੂੰ ਸੂਈ ਨੂੰ ਵੀਰ ਜਦੋਂ ਮੈਂ ਲੈ ਕੇ ਉਹ ਜਾਣੇ 10 ਦਿਨ ਹੋਏ ਆ ਤੇ ਘੱਟੋ ਘੱਟ 7-8 ਦਿਨ ਵੇਖੋ ਹੋ ਗਿਆ ਜਿਹਨੂੰ ਅੱਛਾ ਜਿੰਨੇ ਮਹੀਨਾ ਮੰਨ ਲੈ ਮੁੱਲ ਕਰਨਾ ਤੇ ਇੱਕ ਥਣ ਘੱਟ ਜਿਹੜਾ ਉਹ ਥਣ ਘੱਟ ਆ ਨਾ
ਕੋਈ ਮੇਰਾ ਵੀ ਖੜੇ ਤਿੱਲੜ ਹੀ ਮੰਨ ਖੜੇ ਮੇਰੇ ਕੋਲ ਤਿੱਲੜ ਮੰਨ ਕੇ ਖੜੇ ਚੌਦਾਂ ਚ ਸਾਰਾ ਕੁਝ ਹੈਗਾ ਵਾ 11 ਕਿਲੋ ਤਿੰਨਾਂ ਥਣਾ ਚ ਮੰਨ ਕੇ ਚੱਲੇ ਕਿ ਤਿੰਨਾਂ ਥਣਾ 11 ਕਿਲੋ ਜੇ ਚੌਥਾ ਚੱਲਦਾ ਹੋਵੇ ਤਾਂ ਫਿਰ ਵੱਧ ਵੀ ਸਕਦੀ ਹੈ ਛੋਟੀ ਲੱਤ ਵਾਲੀ ਆ ਮਧਰੀ ਗੋਡੀ ਦੀ ਕਹਿ ਦਿੰਦੇ ਇਹਨੂੰ ਆਹ ਵੇਖੋ ਜੀ ਕਮਾਲ ਆ ਵੀਰਾਂ ਨੂੰ ਆਹ ਵੇਖੋ ਜੀ ਚੰਗੀ ਆ ਆਹ ਵੇਖ ਸਕਦੇ ਆ ਸੋਹਣੀ ਆ ਜੀ ਥਣ ਜਿਹੜਾ ਮੁੱਠੀ ਦੀ ਚਵਾਈ ਵਾਲਾ ਲੱਗਾ ਇਹਨੂੰ ਵੀ ਅਤੇ ਇੱਕ ਥਣ ਜਿਹੜਾ ਪਿਛਲਾ ਵਾ ਉਹਦੇ ਵਿੱਚ ਧਾਰਾਂ ਘੱਟ ਆਉਂਦੀਆਂ ਦੂਜੇ ਥਣਾਂ ਨਾਲੋਂ ਆਹ ਵੇਖ ਥਣ ਚੰਗਾ ਬੰਨਦੇ ਵੀਰ ਇਹਨੂੰ ਆਹ ਵੇਖੋ ਜੀ ਬਾਕੀ ਚੰਗੀ ਸੋਹਣੀ ਆ ਜੀ ਬਾਕੀ ਸੀਲ ਠੰਡੀ ਆ ਰੱਸੀ ਪਾਉਣਾ ਵੀਰ ਇਹਨੂੰ ਮੈਂ ਪਾ ਦਿੰਦਾ ਉਹ ਨਹੀਂ ਪਾਉਂਦੇ ਪਰ ਕਹਿੰਦੀ ਕੁਝ ਵੀ ਨਹੀਂ ਠੀਕ ਆ ਠੀਕ ਪਾਉਣਾ ਪਾਓ ਜੇ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਸਹੀ ਆ ਦੁੱਧ ਇਸ ਟਾਈਮ ਤੇ 11 ਲੀਟਰ ਹੀ ਆ 11 ਲੀਟਰਾਂ ਵਾਲਾ ਠੀਕ ਆ ਸਹੀ ਆ ਤੇ ਦੁੱਧੋਂ ਵਾਝੂ ਥੋੜਾ ਬੋਦਾ ਕਿ ਨਹੀਂ ਸੇਵਾ ਦੇ ਅੱਛਾ ਟੋਕਰਾ ਦੇਈ ਨਾ ਘੱਟ ਘੱਟ 15-15 ਲੀਟਰ ਹਾਂ ਸਟਾਲੇ ਆ ਗਏ ਜਦੋਂ ਸਟਾਲੇ ਹੋ ਗਏ ਕਿ ਸਟਾਲੇ ਆ ਨਹੀਂ ਉਹ ਸਟਾਲੇ ਇਸ਼ਾਰਾ ਮਾਰਦਾ ਹੁੰਦਾ ਹਾਂ ਇਹ ਵੀ ਗੱਲ ਸਹੀ ਆ ਹਾਂ ਠੀਕ ਆ ਤੇ 10 ਫਿਰ ਵੀਰ ਇਹਦਾ ਕਿੰਨਾ ਕੁ ਮੁੱਲ ਕਰਨਾ ਮੁੱਲ ਵੀ ਕਰਨਾ 27,000 ਰੁਪਏ ਦਾ ਅੱਛਾ ਹਾਂ ਮੈਂ ਕਹਿੰਦਾ 2 ਡਾ ਦੇ ਚੋਂਗੇ 25 ਕਰ ਦੇ ਕੋਈ ਵੀ ਦਾ ਗੱਲ ਇਹ ਆ ਵੀ ਥਣ ਦਾ ਵਟਾ ਲੱਗਣਾ ਵਾ ਨਹੀਂ ਉਹ ਤਾਂ ਮੈਨੂੰ ਪਤਾ ਲੱਗਣਾ ਹੈ ਬੈਠ ਤੇ ਤੇਰੀ 30,000 ਰੁਪਏ ਦੀ ਬਿਲਕੁਲ ਬਿਲਕੁਲ ਜੇ ਮੰਨ ਲਓ ਪੂਰੀ ਹੁੰਦੀ ਬਿਲਕੁਲ ਤੇ ਉਹ ਚੀਜ਼ ਦਾ ਲੱਗਣਾ ਹੁਣ ਆਪੇ ਘਟਾ ਦੇ ਤੇ ਅਸੀਂ ਘਟਾਈਏ ਦੱਸੋ ਕਿੰਨੇ ਜਿੰਨੇ ਹੋਣੇ ਘਟਾਵਾਂਗੇ ਫਿਰ ਕਿਹੜੀ ਗੱਲ ਆ ਆਏ ਤਾਂ 25 ਆ ਨਾ ਵਾ 25,000 3,000 ਰੁਪਇਆ ਛੱਡ ਦੇ 25,000 ਦੇ ਹਾਂ ਜੇ ਹੋਰ ਹੈਗੀ ਕਸਰ ਤੇ ਛੱਡ ਵੇਖ ਲਾ ਜੇ ਕੋਈ ਜੋੜਾ ਖੜੂ ਨਾ ਮੇਰਾ ਵੀਰ ਹਾਂ 23 ਤੇ 45 ਰੁਪਇਆ 2,000 ਛੱਡ ਦਾਂਗੇ 43,000 ਦਾ ਜੋੜਾ ਹੁੰਦਾ ਜੀ ਠੀਕ ਹੈ ਜੇ ਛੋੜ ਕਾ ਦਾ ਬਾਕੀ ਦੁੱਧ ਤੇ ਜੇ ਕੱਲੀ ਕੱਲੀ ਖੜੀ ਤਾਂ ਫੇ ਉਹਨੇ ਦੀ ਫੇ ਉਹਨੇ ਦੀ ਠੀਕ ਇਹ ਕੋਈ ਵਪਾਰੀ ਇਹ ਮੁੱਲ ਕੀਤੇ ਆ ਕਿ ਦੇਣ ਲੈਣ ਆਏ ਦੇਣ ਲੈਣ ਹੀ ਕੀਤਾ ਹੋਣਾ ਠੀਕ ਆ ਇਹ ਤਾਂ ਛੋੜ ਸਕਦੇ ਸੁਣਾਵਾਂਗੇ ਬਾਅਦ ਡੰਗਰ ਹੀ ਨਹੀਂ ਮਿਲ ਰਿਹਾ ਕਿਤੇ ਤੁਸੀਂ ਉਹਦਾ ਜਿਹੜਾ ਮੁੱਲ ਕੀਤਾ ਨਾ ਕਿਲੋ ਦਾ 2,000 ਹੀ ਕਰਤਾ ਵਾ ਕਿਉਂਕਿ 11 × 2 = 22 ਡੰਗਰ ਹੀ ਵਾਲਾ ਲੈ ਜਾਈਏ ਤਾਂ ਬਚਾ ਸਾਨੂੰ ਇਹੋ ਗੱਲ ਆਖੀ ਦੀ ਆ ਹਾਂ ਕਿਲੋ ਦਾ 2,000 ਰੁਪਏ ਠੀਕ ਆ ਆਹੋ ਬਿਲਕੁਲ ਤਸੱਲੀ ਕਰੇ 2 ਟਾਈਮ ਕਰੇ ਤਸੱਲੀ ਕਰਨਾ ਫਰਜ਼ ਆ ਤਸੱਲੀ ਕੀਤੀ ਹੋਵੇ ਤਾਂ ਮੁੜ ਕੇ ਬੰਦੇ ਨੂੰ ਚੈਨ ਨਾਲ ਨੀਂਦ ਆਉਂਦੀ ਆ ਵੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਜਿਹੜਾ ਕੋਈ ਮੇਰਾ ਵੀਰ ਆਵੇ ਦੇਣੀ ਆਪਾਂ ਨਗਦ ਧਾਰ ਨਹੀਂ ਕਿਹਨੂੰ ਦੇਣਾ ਠੀਕ ਆ ਅੱਛਾ ਧਾਰ ਵਾਲਾ ਫੋਨ ਨਾ ਕਰੇ ਨਾ ਧਾਰ ਵਾਲਾ ਫੋਨ ਨਾ ਕਰੇ ਕਿਉਂਕਿ ਆਪਾਂ ਦੇ 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 ਵੇਲੀਆਂ ਮੁੜ ਕੇ ਨਾਲ ਗਾਂ ਹੀ ਮੁੜਦੀ ਨਾ ਪੈਸੇ ਮੁੜਦੇ ਮੁੜ ਕੇ ਠੀਕ ਆ ਤਿੰਨ ਚੀਜ਼ਾਂ ਗਵਾਚਦੀਆਂ ਪੈਸੇ ਗਾਂ ਹੀ ਬੰਦਾ ਵੀ ਗਵਾਚ ਜਾਂਦਾ ਨਾਲ ਉਸੇ ਹੋਏ ਠੀਕ ਆ ਮੁੜ ਕੇ ਮੇਰਾ ਵੀਰ ਆਵੇ 1,500 ਘੱਟ ਰਹਿਣਾ ਮਨਜੂਰ ਦੇਣਾ ਆਪਾਂ ਦਾ ਦੂਜਾ ਨਗਦੀ ਠੀਕ ਠੀਕ ਤੇ ਆਹੀ ਦੋ ਪਸ਼ੂ ਆ ਦੋਵੇਂ ਵੈੜਾ ਚੰਗੀਆਂ ਵਾ ਵੀਰ ਨੂੰ ਫੋਨ ਕਰ ਲਿਆ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਿਲਕੁਲ ਜਾਇਜ਼ ਮੁੱਲ ਕੀਤੇ ਵੀਰ ਨੇ ਤੇ ਵੀਰ ਨਾਲ ਕਰਕੇ ਗੱਲਬਾਤ ਆਪਣੀ ਤਸੱਲੀ ਕਰਕੇ ਲੈ ਜਾਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ।